ਸਤਿ ਸ਼੍ਰੀ ਅਕਾਲ ਪਿਆਰੇ ਸਾਥੀਓ, ਸਵਾਗਤ ਹੈ ਇਸ ਵੀਡੀਓ ਦੇ ਵਿੱਚ। ਪੰਜਾਬ ਦੇ ਵਿੱਚ ਜੋ ਅਧਿਆਪਕ ਕੰਮ ਕਰ ਰਹੇ ਨੇ 3582 ਤੋਂ ਲੈ ਕੇ 3704 93 ਦੇ ਵਿੱਚ, ਇਹਨਾਂ ਦੇ ਵਿੱਚ ਜੋ ਬਾਰਡਰ ਏਰੀਏ ਦੇ ਵਿੱਚ ਕੰਮ ਕਰ ਰਹੇ ਨੇ, ਯਾਨੀ ਭਰਤੀ ਦੇ ਵਿੱਚ ਜੋ ਸਟੇਸ਼ਨ ਸੀ ਬੜੇ ਦੂਰ ਮਿਲੇ ਨੇ, ਅਤੇ ਆਪ ਸਰਕਾਰ ਨੇ ਫੈਸਲਾ ਲਿਆ ਹੈ ਜੋ ਮੀਤ ਹਯਾਰ ਨਵੇਂ ਸਿੱਖਿਆ ਮੰਤਰੀ ਨੇ, ਉਹਨਾਂ ਨੇ ਕਿਹਾ ਹੈ ਕਿ ਇਹ ਬਦਲੀ ਜਲਦੀ ਕੀਤੀ ਜਾਏਗੀ, ਉਹਨਾਂ ਦਾ ਬਿਆਨ ਹੈ, ਅਤੇ ਮਈ ਮਹੀਨੇ ਤੱਕ ਜੋ ਪੋਰਟਲ ਖੁੱਲ੍ਹ ਜਾਏਗਾ। ਤੋ ਇਹ ਸਾਥੀਆਂ ਲਈ ਬੜੀ ਖੁਸ਼ੀ ਦੀ ਗੱਲ ਹੈ, ਨਾਲ ਹੀ ਇਹ ਨਿਊਜ਼ ਵਿੱਚ ਵੀ ਸਰ ਤੁਸੀਂ ਦੇਖ ਸਕਦੇ ਹੋ ਕਿ ਮਈ ਮਹੀਨੇ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਕਰਨ ਲਈ ਪੋਰਟਲ ਹੋਏਗਾ ਜਾਰੀ, ਮੀਤ ਹਯਾਰ। ਤੋ ਇਹਨਾਂ ਦੱਸਿਆ ਹੈ ਕਿ ਕਾਫ਼ੀ ਜ਼ਿਆਦਾ ਜੋ ਪ੍ਰੋਬਲਮ ਆ ਰਹੀ ਹੈ, ਬਦਲੀਆਂ ਨਹੀਂ ਹੋ ਰਹੀਆਂ, ਕਾਫ਼ੀ ਦੂਰ ਸਟੇਸ਼ਨਾਂ 'ਤੇ ਕੰਮ ਕਰ ਰਹੇ ਅਧਿਆਪਕ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ, 200-200 ਕਿਲੋਮੀਟਰ ਬੈਠੇ ਨੇ। ਸੋ ਯੂਨੀਅਨ ਨੇ ਕਾਫ਼ੀ ਜ਼ਿਆਦਾ ਅਪਰੋਚ ਕੀਤੀ ਆ, ਸਿੱਖਿਆ ਮੰਤਰੀ ਨੂੰ ਮਿਲੇ ਹੈ, ਅਤੇ ਉਹਨਾਂ ਨੇ ਮਿਲ ਕੇ ਇਹ ਗੱਲ ਸਾਂਝੀ ਕੀਤੀ ਹੈ ਕਿ ਤੁਹਾਨੂੰ ਜਲਦੀ ਮੌਕਾ ਦਿੱਤਾ ਜਾਏਗਾ, ਜਲਦੀ ਬਦਲੀਆਂ ਹੋਣਗੀਆਂ, ਕਿਉਂਕਿ ਮਾਰਚ ਮਹੀਨੇ ਵਿੱਚ ਕਰੀਬ 5000 ਤੋਂ ਵੱਧ ਮੁਲਾਜ਼ਮ ਰਿਟਾਇਰ ਹੋਏ ਆ 31 ਮਾਰਚ ਨੂੰ, ਅਤੇ ਅਪ੍ਰੈਲ ਦੇ ਵਿੱਚ ਵੀ ਕਾਫ਼ੀ ਮੁਲਾਜ਼ਮ ਰਿਟਾਇਰ ਹੋਣਗੇ। ਸੋ ਇਹ ਬਹੁਤ ਖੁਸ਼ੀ ਦੀ ਗੱਲ ਹੈ ਸਾਥੀਓ, ਅਤੇ ਆਪਣੇ ਜੋ ਈ ਪੰਜਾਬ ਦੀ ID 'ਤੇ ਅਪਡੇਟ ਰਹਿਣਾ, ਜਿਵੇਂ ਹੀ ਪੋਰਟਲ ਖੁੱਲ੍ਹੇਗਾ ਔਨਲਾਈਨ ਪਹਿਲੇ ਦੀ ਤਰ੍ਹਾਂ ਬਦਲੀਆਂ ਹੋਣਗੀਆਂ, ਇਸ ਵਾਰ ਸਾਰਿਆਂ ਦੀ ਬਦਲੀਆਂ ਹੋਣਗੀਆਂ ਇਹ ਮੰਨਿਆ ਜਾ ਰਿਹਾ। ਥੈਂਕ ਯੂ ਵੈਰੀ ਮੱਚ ਐਂਡ ਬੈਸਟ ਆਫ ਲੱਕ। ਜਿਵੇਂ ਹੀ ਜਦੋਂ ਬਦਲੀਆਂ ਖੁੱਲ੍ਹਣਗੀਆਂ, ਕਿਸ ਤਰ੍ਹਾਂ ਕੀ ਕਰਨਾ, ਅਪਲਾਈ ਕਰਨਾ, ਤੁਹਾਨੂੰ ਵੀਡੀਓ ਦੇ ਥਰੂ ਪੂਰੀ ਇਨਫੋਰਮੇਸ਼ਨ ਮਿਲ ਜਾਏਗੀ। ਚੈਨਲ ਦੇ ਨਾਲ ਬਣੇ ਰਹਿਣਾ, ਬੈਲ ਆਈਕਨ ਪ੍ਰੈਸ ਕਰਕੇ ਔਲ ਕਲਿੱਕ ਕਰ ਦੇਣਾ, ਸਬਸਕ੍ਰਾਈਬ ਬਟਨ ਪ੍ਰੈਸ ਕਰ ਦੇਣਾ, ਤਾਂ ਕਿ ਆਉਣ ਵਾਲੇ ਸਾਰੇ ਵੀਡੀਓ ਤੁਹਾਨੂੰ ਪਹੁੰਚ ਸਕਣ। ਥੈਂਕ ਯੂ ਵੈਰੀ ਮੱਚ ਐਂਡ ਬੈਸਟ ਆਫ ਲੱਕ।